ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਕਰਨ ਲੱਗੇ ਆਪਾਂ ਸਟਾਰਟਿੰਗ ਅੱਜ ਦੇ ਬਲੌਗ ਦੀ ਸਟਾਰਟਿੰਗ ਕੀਤੀ ਆਪਾਂ ਘਰ ਤੋਂ ਬਾਹਰ ਨਿਕਲ ਕੇ ਥੋੜ੍ਹਾ ਜਿਹਾ ਕੰਮ ਸੀਗਾ ਆਪਾਂ ਨੂੰ ਆਪਣੇ ਯਾਰ ਮਿੱਤਰ ਨਾਲ ਉਹਦੇ ਕੋਲ ਚੱਲੇ ਹਾਂ ਅਤੇ ਸ਼ਨੀਵਾਰ ਦਾ ਦਿਨ ਆ ਅੱਜ ਵਿਹਲੇ ਸੀਗੇ ਘਰੇ ਮੈਂ ਨਾਲੇ ਚਲੋ ਗੇੜਾ ਲਾਇਆ ਨੇ ਨਾਲੇ ਤੁਹਾਨੂੰ ਵੈਦਰ ਦਿਖਾ ਦਿੰਦੇ ਹਾਂ ਕਨੇਡਾ ਦਾ ਅੱਜ ਦਾ ਵੈਦਰ ਕਨੇਡਾ ਦਾ ਬਹੁਤ ਵਧੀਆ ਵਾ ਧੁੱਪ ਨਿਕਲੀ ਹੋਈ ਆ ਬਸ ਇਹ 5-7 ਦਿਨ ਹੋਰ ਨਿਕਲੂਗੀ ਉਹ ਤੋਂ ਬਾਅਦ ਬਰਫ਼ ਪੈਣ ਲੱਗ ਜੂਗੀ ਸਨੋਅ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ ਅਤੇ ਦਿਖਾਉਂਦੇ ਹਾਂ ਤੁਹਾਨੂੰ ਮਾਹੌਲ ਚੱਲ ਕੀ ਬਣਦਾ ਬਾਹਰ ਗਰਮੀ ਆ ਫਿਲਹਾਲ ਅੱਜ ਤਾਂ ਜੈਕਟ 'ਤੇ ਗਰਮੀ ਲੱਗ ਰਹੀ ਆ ਅਤੇ ਕੱਪੜੇ ਵੀ ਮੋਟੇ ਪਾਏ ਹੁੰਦੇ ਆ ਬਾਹਰ ਨਿਕਲਣ ਲੱਗੇ ਉਵੇਂ ਬੱਸਾਂ ਦੇ ਵਿੱਚ ਠੰਡ ਲੱਗਦੀ ਆ ਕੱਪੜੇ ਮੋਟੇ ਪਾ ਕੇ ਨਿਕਲਣਾ ਪੈਣਾ ਚਾਹੇ ਵੈਦਰ ਜਿੱਦਾਂ ਦਾ ਮਰਜ਼ੀ ਹੋਵੇ ਉਰੇ ਵੈਦਰ ਦਾ ਇੱਥੇ ਕੋਈ ਪਤਾ ਨਹੀਂ ਹੈਗਾ ਜੇ ਹੁਣ ਧੁੱਪ ਆ ਤਾਂ ਇਹ ਨਹੀਂ ਪਤਾ ਕਿ 2 ਘੰਟੇ ਉੱਥੇ ਪੂਰੀ ਠੰਡ ਹੋ ਜਾਵੇ ਹਵਾ ਚੱਲਦੀ ਹੋਵੇ ਬੱਦਲ ਹੋ ਜਾਣ ਇਸ ਕਰਕੇ ਕੱਪੜੇ ਪਾ ਕੇ ਹੀ ਨਿਕਲਣਾ ਪੈਂਦਾ ਵਾ ਅਤੇ ਦਿਖਾਉਂਦੇ ਤੁਹਾਨੂੰ ਮਾਹੌਲ ਚੱਲ ਧੁੱਪ ਬੜੀ ਤੇਜ਼ ਆ ਅੱਜ ਨਜ਼ਾਰਾ ਆ ਰਿਹਾ ਧੁੱਪ 'ਚ ਬੈਠ ਕੇ ਇੰਡੀਆ ਵਾਲੀ ਫੀਲਿੰਗ ਆ ਰਹੀ ਅੱਜ ਤਾਂ ਇਹਨੂੰ ਕਹਿੰਦੇ ਆ ਨਜ਼ਾਰਾ ਐਨ ਪੂਰਾ ਸਾਫ ਵੈਦਰ ਲਿਖਿਆ ਹੋਇਆ ਨੋ ਸਮੋਕਿੰਗ ਪਬਲਿਕ ਪਲੇਸ 'ਚ ਬੀੜੀ ਸਿਗਰਟ ਪੀਣਾ ਮਨਾ ਵਾ ਬੂਟੇ ਬਾਟੇ ਸਾਰੇ ਝੜ ਗਏ ਆ ਦਰਖਤ ਇਹੋ ਜਿਹੇ ਹੋ ਜਾਂਦੇ ਰਿੰਡ ਮੁੰਡੋਰੇ ਬਸ ਹੁਣ 6 ਮਹੀਨੇ ਹੀ ਦਿਖਣੇ ਆਪਾਂ ਨੂੰ ਆਸਮਾਨ ਦੇਖੋ ਕਿੰਨਾ ਸਾਫ਼ ਆ ਉਰੇ ਬੱਦਲ ਐਂ ਲੱਗਦਾ ਬਸ ਆਹ ਹੀ ਨੇ ਬਸ ਨੇੜੇ ਨੇ ਬੱਦਲ ਲਓ ਵੀ ਮਿੱਤਰੋ ਅੱਜ ਹੈਗਾ ਆਪਣਾ ਕੰਮ ਅਤੇ ਬਾਹਰ ਤੁਹਾਨੂੰ ਮੌਸਮ ਦਾ ਹਾਲ ਦਿਖਦਾ ਹੀ ਆ ਅਤੇ ਆਪਾਂ ਲੈਣੀ ਆ ਬੱਸ ਤਿਆਰ ਆਪਾਂ ਹੋ ਗਏ ਹਾਂ ਪੈਕ ਹੋ ਗਏ ਹਾਂ ਪੂਰੇ ਕੱਪੜੇ ਛੱਪੜੇ ਪਾਏ ਨੇ ਇਹਦੇ ਉੱਤੇ ਦੀ ਇੱਕ ਜੈਕਟ ਹੋਰ ਪਾਵਾਂਗੇ ਆਪਾਂ ਠੰਡ ਇੰਨੀ ਹੋ ਚੁੱਕੀ ਆ ਮਤਲਬ ਗਰਮ ਕੱਪੜੇ ਪਾਉਣ ਤੋਂ ਬਾਅਦ ਵੀ ਇੱਕ ਜੈਕਟ ਉੱਤੇ ਦੀ ਪਊਗੀ ਜਿਹੜੀ ਵਾਟਰਪਰੂਫ ਹੁੰਦੀ ਆ ਅਤੇ ਉਹ ਪਾ ਕੇ ਬਾਹਰ ਨਿਕਲਾਂਗੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਬਾਹਰ ਦਾ ਮਾਹੌਲ ਕਨੇਡਾ ਦੀ ਪਹਿਲਾ ਮੀਂਹ ਆ ਇਹ ਜਿਹਦੇ ਵਿੱਚ ਆਪਾਂ ਕੰਮ 'ਤੇ ਚੱਲੇ ਹਾਂ ਮਤਲਬ ਆਪਣੀ ਜੋਬ 'ਤੇ ਚੱਲੇ ਹਾਂ ਨਾਈਟ ਜੋਬ ਆ 7 ਵਜੇ ਸਟਾਰਟ ਹੋਊਗੀ ਰਾਤ ਨੂੰ 2 ਵਜੇ ਤੱਕ ਅਤੇ ਦਿਖਾਉਂਦੇ ਹਾਂ ਤੁਹਾਨੂੰ ਹਾਲ ਚਾਲ ਅੱਜ ਕਨੇਡਾ ਦੇ ਵੈਦਰ ਦਾ ਕਿੰਨਾ ਗੰਦਾ ਵੈਦਰ ਇੱਥੋਂ ਦਾ ਅੱਜ ਦਾ ਬਲੌਗ ਨਹੀਂ ਬਣਾਇਆ ਆਪਾਂ ਮਤਲਬ ਸਟਾਰਟਿੰਗ ਕੀਤੀ ਸੀਗੀ ਬਾਹਰ ਠੰਡ ਬਹੁਤ ਆ ਮੀਂਹ ਪੈ ਰਿਹਾ ਵਾ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਤਾਂ ਕਰਕੇ ਹੱਥ ਵੀ ਸੁੰਨ ਹੋ ਰਹੇ ਨੇ ਚੱਲਦੇ ਹਾਂ ਕੰਮ 'ਤੇ ਰਾਤ ਨੂੰ ਮਿਲਦੇ ਹਾਂ ਤੁਹਾਨੂੰ ਲਓ ਵੀ ਮਿੱਤਰੋ ਰਾਤ ਦਾ ਮੌਸਮ ਕਰੋ ਚੈੱਕ ਮੀਂਹ ਪੈ ਰਿਹਾ ਵਾ ਮੀਂਹ ਨਹੀਂ ਭੂਰ ਜੀ ਲਾ ਲਓ ਭੂਰ ਜੀ ਪੈ ਰਹੀ ਆ ਅਤੇ ਘਰੇ ਜਾ ਰਹੇ ਹਾਂ ਆਪਾਂ ਸਾਰਾ ਦਿਨ ਐਂ ਨਿਕਲ ਗਿਆ ਧੁੰਦ ਵੀ ਪਈ ਹੋਈ ਆ ਵੈਦਰ ਇੱਥੋਂ ਦਾ ਖਰਾਬ ਹੀ ਆ ਬਸ ਹੁਣ ਤੋਂ ਸਟਾਰਟ ਹੋ ਜੂਗਾ ਅਤੇ ਆਪਾਂ ਪਹੁੰਚ ਗਏ ਹਾਂ ਘਰੇ ਘਰੇ ਚੱਲਦੇ ਹਾਂ ਸ਼ਿਫਟ 1:30 ਵਜੇ ਹੋਈ ਸੀ ਆਪਣੀ ਠੰਡ ਦੇ ਵਿੱਚ ਨਾ ਫੋਨ ਕੱਢਣ ਨੂੰ ਦਿਲ ਨਹੀਂ ਕਰਦਾ ਹੱਥ ਸੁੰਨ ਹੋ ਜਾਂਦਾ ਵਾ ਕੱਲ੍ਹ ਨੂੰ ਬਣਾਉਂਦਾ ਥੋੜ੍ਹਾ ਜਿਹਾ ਵਲੌਗ ਫਿਰ ਪਾਉਂਦੇ ਹਾਂ ਤੁਹਾਡੇ ਲਈ ਇੱਥੇ ਬੱਸਾਂ ਹੀ ਬੱਸਾਂ ਭਾਅ ਜੀ 18 ਤਾਂ ਇੱਕ ਨਹੀਂ ਮਿਲਦੀ ਆਉਣ ਨੂੰ 18 ਵਜੇ ਪਈ ਆ ਨਵਾਂ ਬਣਿਆ ਟਰਮੀਨਲ ਮੇਰੇ ਆਉਣ ਦੀ ਕੋਸ਼ਿਸ਼ ਇੱਧਰ ਨੋਰਮਲ ਬੱਸਾਂ ਨੇ ਉੱਧਰ ਹੈਗੀਆਂ ਉਹ ਪਰਲੇ ਆਪਾਂ ਪਹੁੰਚ ਗਏ ਹਾਂ ਆਪਣੇ ਪਲਾਜੇ 'ਚ ਉਹਦਾ ਟਰੱਕ ਇੱਥੋਂ ਦੇ ਸਾਹਮਣੇ ਗੁਰਦੁਆਰਾ ਸਾਹਿਬ ਇੱਧਰ ਪਲਾਜ਼ਾ ਇੱਧਰ ਪਲਾਜ਼ਾ ਦੇ ਬਿਲਕੁਲ ਸਾਹਮਣੇ ਸੈਕਟਰ 17 ਜਿੱਥੇ ਆਪਾਂ ਕੰਮ ਕਰਦੇ ਹਾਂ ਗੋਰ ਐਂਡ ਅਬਨੇਜ਼ਰ ਇਹ ਪੂਰੇ ਬ੍ਰਾਂਟਨ ਦਾ ਗੁਰੂ ਘਰ ਆ ਜਿਹੜਾ ਪ੍ਰੋਪਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੁੰਦੇ ਆ ਲੈਂਟਰ ਵਾਲੇ ਉੱਦਾਂ ਤਿਆਰ ਹੋਇਆ ਹੋਇਆ ਵਾ ਨਹੀਂ ਤਾਂ ਇੱਥੇ ਗੁਰਦੁਆਰੇ ਹੁੰਦੇ
ਪਰ ਸਲੋ ਕਰਕੇ ਨਹੀਂ ਬਣਦੇ ਹੈਗੇ। ਇਹ ਸਾਡਾ ਪਲਾਜ਼ਾ, ਇਹ ਸੈਕਟਰ 17। ਚੱਲਦੇ ਆ ਗਾਣੇ, ਚੱਲਦੇ ਅੰਦਰ ਨੂੰ। ਲਓ ਵੀ ਅੱਜ ਫਿਰ ਗੱਡੀ ਠੁੱਕੀ ਹੋਈ ਆ। ਐਕਸੀਡੈਂਟ ਬਹੁਤ ਹੁੰਦੇ ਉਰੇ, ਲੈਫਟ ਟਰਨ ਦੀ ਹੁੰਦੇ ਜਿੰਨੇ ਵੀ ਹੁੰਦੇ ਆ। ਆਪਣਾ ਲੈਫਟ ਟਰਨ ਧਿਆਨ ਨਾਲ ਲਿਆ ਕਰੋ ਵੀਰੇ, ਉਰੇ ਜਦੋਂ ਵੀ ਆਪਾਂ ਖੱਬੇ ਹੱਥ ਮੁੜਦੇ ਹਾਂ ਉਦੋਂ ਹੀ ਹੁੰਦੇ ਆ ਕਾਢ। ਇਹ ਇੱਕ ਉਹ ਗੱਡੀ ਠੁੱਕੀ ਆ, ਟੋ ਕੀਤੀ ਹੋਈ ਆ ਅਤੇ ਹੋ ਗਿਆ ਕਲੀਅਰ ਵੈਸੇ ਸਾਰਾ। ਚੱਲਦੇ ਚੱਲਦੇ ਲੱਗਦੇ ਆ ਮੈਨੂੰ।